ਨਫਕਤ ਤੇਰੇ ਹੀ ਸਾਰਾ ਹੁਣ ਮੈਂ ਆ ਜਾਨੀ ਆ ਕਿਸ ਰਾਇ ਕੀ ਹੈਣ ਕੌਣ ਤਿੰਨਾਂ ਕੌਮਾਂ ਦੀ ਮੈਂ ਗੱਲ ਕਰ ਦਿੱਤੀ ਹੈ ਬਲੋਚਾਂ ਦੀ ਜਿਹੜਾ ਕਿ ਆਪ ਕਹਿੰਦੇ ਨੇ ਕਿ ਅਸੀਂ ਸਰਾਇਕੀ ਨਹੀਂ ਹੈ ਅਸੀਂ ਨਸਲੀ ਜੱਦੀ ਪੁਸ਼ਤੀ ਬਲੋਚ ਆ ਤੇ ਜ਼ੁਬਾਨ ਬੋਲਣ ਨਾਲ ਕੋਈ ਕੌਮ ਨਹੀਂ ਬਣਦੀ ਦੂਜੇ ਪਾਸੇ ਪੀਟੀਆਈ ਦੀ ਕੰਡਕਟ ਵੀ ਮੈਂ ਤੁਹਾਨੂੰ ਦੱਸ ਦਿੱਤਾ ਤੇ ਪੀਪੀ ਦਾ ਕੰਡਕਟ ਵੀ ਦੱਸ ਦਿੱਤਾ ਤੇ ਹੁਣ ਮੈਂ ਦੱਸ ਕੁਛ ਤੁਹਾਡੇ ਤੋਂ ਚੰਦ ਸਵਾਲ ਕਰਾਂਗੀ ਕਿ ਸਰਾਇਕੀ ਕੌਣ ਹੈ ਇਸ ਸਦੀ ਦਾ ਸਭ ਤੋਂ ਵੱਡਾ ਝੂਠ ਜਿਹੜਾ ਕਿ ਤੁਸੀਂ ਲੋਕਾਂ ਨਾਲ ਬੋਲਿਆ ਹੈ ਉਹ ਸਰਾਇਕੀ ਹੈ ਤੁਸੀਂ ਮੁਲਤਾਨੀ ਤੇ ਡੇਰਵੀ ਜਿਹੜੀ ਜ਼ੁਬਾਨ ਪੰਜਾਬੀ ਦੇ ਲਹਿਜੇ ਹਨ ਤੁਸੀਂ ਉਹਨਾਂ ਨੂੰ ਸਰਾਇਕੀ ਦਾ ਨਾਂ ਦੇ ਦਿੱਤਾ ਤੁਸੀਂ ਉਹਨਾਂ ਨੂੰ ਸਰਾਇਕੀ ਦਾ ਮੈਂ ਬਾਅਦ ਮੈਂ ਬਾਤ ਕਰਤੀ ਹੂੰ ਆਪਸੇ ਤੁਸੀਂ ਉਹਨਾਂ ਨੂੰ ਸਰਾਇਕੀ ਦਾ ਨਾਮ ਦੇ ਦਿੱਤਾ ਤੇ ਸਰਾਇਕੀ ਕੌਣ ਹੈ ਮੋਹਸਿਨ ਲਗਾਰੀ ਕਹਿ ਚੁੱਕਿਆ ਕਿ ਉਹ ਬਲੋਚ ਹੈ ਮੀਆਂ ਅਲੀ ਦਾ ਪਠਾਨ ਤੇ ਜਿੰਨੇ ਵੀ ਪਠਾਨ ਨੇ ਜਨੂਬੀ ਪੰਜਾਬ ਦੇ ਉਹ ਕਹਿੰਦੇ ਨੇ ਕਿ ਅਸੀਂ ਪਖਤੂਨ ਆ ਅਸੀਂ ਜੱਦੀ ਪੁਸ਼ਤੀ ਪਖਤੂਨ ਆ ਤੇ ਪਖਤੂਨ ਕਲਚਰ ਦੀ ਕਸਮ ਚੁੱਕਦੇ ਨੇ ਤੁਸੀਂ ਕਹਿੰਦੇ ਹੋ ਅਸੀਂ ਬਲੋਚ ਆ ਤਾਂ ਤੁਸੀਂ ਬਲੋਚੀ ਜ਼ੁਬਾਨ ਚ ਰੇਡੀਓ ਵੀ ਸ਼ੁਰੂ ਕਰਵਾਉਂਦੇ ਹੋ ਤੁਸੀਂ ਕਹਿੰਦੇ ਹੋ ਜ਼ੁਬਾਨ ਬੋਲਣ ਨਾਲ ਕੋਈ ਕੌਮ ਨਹੀਂ ਬਣਦੀ ਉਸ ਤੋਂ ਬਾਅਦ ਮਖਦੂਮ ਆ ਗਏ ਜਿਹੜੇ ਕਿ ਸੈਯਦ ਹੈ ਠੀਕ ਹੈ ਜਿਨ੍ਹਾਂ ਹਿਜਰਤ ਕੀਤੀ ਹੈ ਉਹ ਆ ਗਏ ਉਸ ਤੋਂ ਬਾਅਦ ਬਾਕੀ ਕੌਣ ਬਚਿਆ ਉਸ ਏਰੀਏ ਚ ਬਾਕੀ ਬਚੇ ਜੱਟ ਰਾਣੇ ਤੇ ਅਰਾਈ ਉਹਨਾਂ ਤੁਸੀਂ ਕਹਿੰਦੇ ਹੋ ਪੰਜਾਬੀ ਸਿੱਖਾਂ ਦੀ ਔਲਾਦ ਹੈਣ ਜਿਹੜੇ ਜਿੰਨੇ ਵੀ ਉਹ ਜੱਟ ਉਹ ਰਾਣੇ ਉਹ ਅਰਾਈ ਜਿੰਨੇ ਵੀ ਇਸ ਪਾਸੇ ਸੈਂਟਰਲ ਪੰਜਾਬ ਵਿੱਚ ਰਹਿੰਦੇ ਨੇ ਤੇ ਨਾਰਦਰਨ ਪੰਜਾਬ ਉਹਨਾਂ ਨੂੰ ਤੁਸੀਂ ਸਿੱਖਾਂ ਦੀ ਔਲਾਦ ਕਹਿੰਦੇ ਹੋ ਤੇ ਤੁਹਾਡੇ ਪਾਸੇ ਜਦੋਂ ਉਹ ਹੀ ਕੌਮਾਂ ਰਹਿੰਦੀਆਂ ਪਈਆਂ ਤੇ ਉਹ ਸਰਾਇਕੀ ਹੋ ਗਈਆਂ ਖੁਦਾ ਦਾ ਵਾਸਤਾ ਜੇ ਝੂਠ ਜੋ ਝੂਠ ਦੀ ਕੋਈ ਹੱਦ ਹੁੰਦੀ ਹੈ ਕਿਸੇ ਇੱਕ ਗੱਲ ਤੇ ਖਲੋ ਜਾਓ ਇਹਦੇ ਪਾਸੇ ਉਹੀ ਜੱਟਾਂ ਦੀ ਔਲਾਦ ਉਹ ਰਾਣਿਆਂ ਦੀ ਔਲਾਦ ਉਹ ਰਾਈਆਂ ਦੀ ਔਲਾਦ ਉਹ ਸਿੱਖਾਂ ਦੀ ਔਲਾਦ ਹੋ ਗਈ ਤੇ ਉਹ ਜਿਹੜੇ ਨੇ ਉਹ ਜਾਨਵਰ ਹੋ ਗਏ ਉਹ ਫਲਾਣੇ ਹੋ ਗਏ ਉਹ ਲੁਟੇਰੇ ਹੋ ਗਏ ਉਹ ਗਾਸਪ ਹੋ ਗਏ ਤੁਹਾਡੇ ਪਾਸੇ ਉਹੀ ਜੱਟ ਉਹੀ ਰਾਈ ਉਹੀ ਰਾਣੇ ਉਹੀ ਗੁੱਜਰ ਸਰਾਇਕੀ ਹੋ ਗਏ ਕਿਵੇਂ ਤੇ ਮੇਰੀ ਸਮਝ ਤੋਂ ਗੱਲ ਬਾਹਰ ਹੈ ਕਿ ਸਰਾਇਕੀ ਤੁਸੀਂ ਕਿਵੇਂ ਬਣਾਉਂਦੇ ਹੋ ਤੇ ਇਹਦੇ ਵਿੱਚ ਢੇਰ ਸਾਰੀਆਂ ਗੱਲਾਂ ਜਿਹੜੀਆਂ ਮੈਂ ਛੱਡਦੀ ਜਾਂਦੀ ਹਾਂ ਸਵਾਲ ਤੁਹਾਡੇ ਲਈ ਜਵਾਬ ਜ਼ਰੂਰ ਦੇ ਆ ਜੇ ਬਾਕੀ ਜੀ ਤੁਸੀਂ ਗੱਲ ਕਰਦੇ ਹੋ ਜੀ ਇੱਕ ਹੋਰ ਬੁਨਿਆਦ ਜੀ ਜਨੂਬੀ ਪੰਜਾਬ